किसान दोस्तों अचार नाल दी पशु लई वधिया चीज है ही नहीं। ठीक है, आपकी आपकी थावां ते फीड वगैरह आप ओ अलग बेनीफिट है, पर जेड़ा कि मेरा प्रोटीन मेरा मतलब कहना कैल्शियम जेड़ा बूटे तो मिलना सीधा डायरेक्ट पशु नूं, तुसीं सोचो जे कैल्शियम पशु नूं मिलेगा उही कैल्शियम दुध विच आऊगा, जदों ओ दुध विच आऊगा तो देखो ओ अपने इंसानां नूं ही पीना, हरेक ने दुध पीना हुंदा कि दुध चो कैल्शियम जिन्ना आपां नूं मिल सकदा होर किसे चीज चो आपां नूं ज्यादा। अमेरा कंपनी ने जिहड़ा कि मैं तुहानूं पिछली वार भी एक वीडियो च दस्सिया सी, इजराइल दी कंपनी ने उही मेन चीज स्ट्रीक टेक्नोलॉजी मतलब कि बाहरली टेक्नोलॉजी जिहड़ी कि हजे तक अपने इंडिया लई सब तो नवी टेक्नोलॉजी है। समा बदलता टाइम बदलता, पहला कंसोर्शिया चलते होंगे सी बट स्ट्रीक टेक्नोलॉजी के कंसोर्शिया अज तक पूरे इंडिया च कदे नहीं पाए गए। किसान दोस्तों पहला तो तुम्हें पता होना चाहिए चीज की है। पहला तो मेरे सारे किसान दोस्तों सत श्रीकाल, होप करदा तुसीं मैनूं जानदे होंगे, मैं तुहाडा अपना दोस्त सनी कोटपुरा तो। किसान दोस्तों पहला तो तुहाडा बहुत 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 धन्यवाद जो तुसीं फेसबुक पर अपनी लास्ट वीडियो नूं कि दब के शेयर करने वास्ते। चलो किसान दोस्तों जिवें कि मैं तुहानूं पिछली वीडियो च दस्सिया सी, आपां वीडियो सिर्फ उस चीज ते लैके आई दी है जिहड़ी कि मैनूं लगे कि किसान दोस्तों लई कस्टमर्स लई मेरे भरावां लई कि बेनीफिट वाली चीज होवे, इह नहीं कि आहा या ओह है। देखो दी गल पता की है, हरेक बंदे कोले अजकल समा खिचना चीज हमेशा उस चीज ते टाइम इनवेस्ट करना चाहिए जिहड़ी कि किसी किसान का किसी कस्टमर का किसी कंज्यूमर का फायदा हो सके। किसान दोस्तों जिवें कि तुसीं जानदे हो हुण जिथे आलूआं दी बिजाई है जिथे सरों दी बिजाई है उत्थे जिवें 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 खेत वेले हुंदे जा रहे है जां तां किसान दोस्त मूंगी वल जाणगे जां किसान दोस्त मक्की वल जाणगे। तकरीबन जलंधर साइड कपूरथला साइड उधरली बैल्ट ज्यादा मक्की वल जाऊगी, तो जिहड़ी साडे लई बैल्ट है मेन कोट कपूरा बठिंडा फरीदकोट इधर ज्यादा किसान दोस्तों रुहान मूंगी दा हुंदा। मूंगी लई साडी इक स्पैशल वीडियो दुबारा असीं लैके आ रहे हैं, पर जिहड़ी अज वाली वीडियो किसान दोस्तों ਉਹ ਸਪੈਸ਼ਲ ਮੱਕੀਆਂ ਲਈ, ਉਹ ਸਪੈਸ਼ਲ ਜਿਹੜੇ ਘਰਾਂ ਦੇ ਵਿੱਚ ਬੂਟੇ ਲੱਗੇ ਹੁੰਦੇ ਆ। ਆਮ ਤੌਰ ਤੇ ਬੂਟੇ ਇਸ ਦਿਨਾਂ 'ਚ ਆ ਕੇ ਜਿਉਂ ਪਤਾ ਹੀ ਆ ਤੁਹਾਨੂੰ ਕਿ ਪੱਤੇ ਝੜਾਉਗੀ ਕੋਈ ਪੱਤੇ ਝੜ ਜਾਣਗੇ ਤੇ ਨਵਾਂ ਫਰੂਟ ਆਉਣ ਦੀ ਤਿਆਰੀ 'ਚ ਹੋਊਗਾ ਉਹਨਾਂ ਲਈ ਹੈ, ਤੇ ਇਹ ਬਾਗਾਂ ਵਾਲੇ ਵੀਰਾਂ ਲਈ ਜਿਨ੍ਹਾਂ ਲਈ ਕਿੰਨੂ ਦੇ ਬਾਗ ਹੈ ਮਸੰਮੀ ਦੇ ਬਾਗ ਉਹਨਾਂ ਲਈ ਜ਼ਿਆਦਾ ਮੈਟਰ ਕਰਦੀ ਹੈ। ਕਿਸਾਨ ਦੋਸਤੋ ਮੈਂ ਸ਼ੁਰੂ ਕਰਨ ਜਾ ਰਿਹਾ ਮੇਨ ਆਪਣੀ ਗੱਲ ਮੱਕੀ ਤੋਂ। ਕਿਸਾਨ ਦੋਸਤੋ ਮੱਕੀ ਵੀ ਇੱਕ ਇਹੋ ਜਿਹੀ ਫਸਲ ਹੈ ਜਿਹੜੀ ਕਿ ਕਿਸਾਨਾਂ ਲਈ ਬਹੁਤ ਲਾਭਮੰਦ ਚੀਜ਼ ਹੈ। ਬਹੁਤ ਪਿਛਲੇ ਸਾਲ ਰੁਹਾਮ ਚੱਲਿਆ ਅਚਾਰ ਦਾ, ਪਕਾਣੀ ਮੱਕੀਆਂ ਦਾ ਵੀ ਰੁਹਾਮ ਚੱਲਦਾ ਪਰ ਆਪਣੇ ਏਰੀਏ ਦੇ ਵਿੱਚ ਜ਼ਿਆਦਾ ਰੁਹਾਮ ਚੱਲਦਾ ਅਚਾਰ ਦਾ, ਤੇ ਕਿਸਾਨ ਦੋਸਤੋ ਅਚਾਰ ਨਾਲ ਦੀ ਪਸ਼ੂ ਲਈ ਵਧੀਆ ਚੀਜ਼ ਹੈ ਹੀ ਨਹੀਂ। ਠੀਕ ਹੈ, ਆਪਦੀ ਆਪਦੀ ਥਾਵਾਂ ਤੇ ਫੀਡ ਵਗੈਰਾ ਆਪ ਉਹ ਅਲੱਗ ਬੈਨੀਫਿਟ ਹੈ, ਪਰ ਜਿਹੜਾ ਕਿ ਮੇਰਾ ਪ੍ਰੋਟੀਨ ਮੇਰਾ ਮਤਲਬ ਕਹਿੰਦਾ ਕੈਲਸ਼ੀਅਮ ਜਿਹੜਾ ਬੂਟੇ ਤੋਂ ਮਿਲਣਾ ਸਿੱਧਾ ਡਾਇਰੈਕਟ ਪਸ਼ੂ ਨੂੰ, ਤੁਸੀਂ ਸੋਚੋ ਜੇ ਕੈਲਸ਼ੀਅਮ ਪਸ਼ੂ ਨੂੰ ਮਿਲੂਗਾ ਉਹੀ ਕੈਲਸ਼ੀਅਮ ਦੁੱਧ ਵਿੱਚ ਆਊਗਾ, ਜਦੋਂ ਉਹ ਦੁੱਧ ਵਿੱਚ ਆਊਗਾ ਤੇ ਦੇਖੋ ਉਹ ਆਪਣੇ ਇਨਸਾਨਾਂ ਨੂੰ ਹੀ ਪੀਣਾ, ਹਰੇਕ ਨੇ ਦੁੱਧ ਪੀਣਾ ਹੁੰਦਾ ਤੇ ਦੁੱਧ ਚੋਂ ਕੈਲਸ਼ੀਅਮ ਜਿੰਨਾ ਆਪਾਂ ਨੂੰ ਮਿਲ ਸਕਦਾ ਹੋਰ ਕਿਸੇ ਚੀਜ਼ ਚੋਂ ਆਪਾਂ ਨੂੰ ਜ਼ਿਆਦਾ ਕੈਲਸ਼ੀਅਮ ਨਹੀਂ ਮਿਲ ਸਕਦਾ। ਤੁਹਾਨੂੰ ਪਤਾ ਹੋਊਗਾ ਡਾਕਟਰਸ ਵੀ ਕਈ ਵਾਰੀ ਕੈਲਸ਼ੀਅਮ ਦੀ ਜੇ ਕਮੀ ਆ ਜਾਏ ਤੇ ਆਪਾਂ ਨੂੰ ਗੋਲੀ ਲੈ ਕੇ ਦਿੰਦੇ ਆ, ਤੇ ਸੋਚੋ ਆਪਾਂ ਨੂੰ ਮੱਕੀ ਚੋਂ ਕਿੰਨਾ ਕੈਲਸ਼ੀਅਮ ਮਿਲ ਸਕਦਾ। ਕਿਸਾਨ ਦੋਸਤੋ ਜਿੱਥੇ ਮੱਕੀ ਦੀ ਫਸਲ ਇੰਨੀ ਫਾਇਦੇਮੰਦ ਲਾਭਮੰਦ ਸੌਦਾ ਹੈ ਉੱਥੇ ਜ਼ਮੀਨ ਦੀ ਜੀ ਤਾਕਤ ਬਹੁਤ ਜ਼ਿਆਦਾ ਖਾਂਦੀ ਹੈ। ਕਿਸਾਨ ਦੋਸਤੋ ਹੁਣ ਤੁਹਾਨੂੰ ਪਤਾ ਹੈ ਇੱਕ ਚੀਜ਼ ਪਹਿਲਾਂ ਮੱਕੀ ਬਣਨੀ, ਪਹਿਲਾਂ ਪੱਠਾ ਤਿਆਰ ਹੋਣਾ, ਉਹਦੇ ਚੋਂ ਮੱਕੀ ਬਾਹਰ ਨਿਕਲਣੀ, ਮੱਕੀ ਚੋਂ ਉਸ ਤੋਂ ਬਾਅਦ ਦਾਣੇ ਪੈਣੇ, ਉਹ ਦਾਣੇ ਪੈਣ ਤੱਕ ਦਾ ਜਿਹੜਾ ਪ੍ਰੋਸੈਸ ਹੈ ਉਹ ਬੜਾ ਹੀ ਹੈਵੀ ਪ੍ਰੋਸੈਸ ਹੁੰਦਾ। ਹੁਣ ਪ੍ਰੈਗਨੈਂਸੀ ਟਾਈਮ ਤੇ ਔਰਤਾਂ ਨੂੰ ਕਿੰਨਾ ਕੁਝ ਖਵਾਇਆ ਜਾਂਦਾ, ਕਿੰਨੀਆਂ ਬੈਨੀਫਿਟ ਵਾਲੀਆਂ ਚੀਜ਼ਾਂ ਉਹਨਾਂ ਨੂੰ ਖਵਾਈ ਜਾਂਦਾ ਕਿ ਬੱਚਾ ਤੰਦਰੁਸਤ ਪੈਦਾ ਹੋਵੇ। ਕਿਸਾਨ ਦੋਸਤੋ ਉਸੇ ਟਾਈਮ ਤੇ ਹੀ ਕਿ ਜਦੋਂ ਆਪਾਂ ਮੱਕੀ ਵਗੈਰਾ ਬੀਜਣੀ ਹੈ ਉਹਦਾ ਪ੍ਰੋਸੈਸ ਸ਼ੁਰੂ ਕਿੱਥੋਂ ਹੁੰਦਾ, ਉਹਦਾ ਪ੍ਰੋਸੈਸ ਸ਼ੁਰੂ ਹੁੰਦਾ ਪਹਿਲੇ ਦਿਨ ਤੋਂ ਬੇਸਲ ਪ੍ਰੋਡਕਟ ਮਤਲਬ ਕਿ ਥੱਲੇ। ਕਿਸਾਨ ਦੋਸਤੋ ਅਲੱਗ ਅਲੱਗ ਏਰੀਆ ਦੇ ਰੁਹਾਮ ਹੈ, ਕਿਤੇ ਇੱਕ ਬੋਰੀ ਡੀਏਪੀ ਵੀ ਪਾਈ ਜਾਂਦੀ ਹੈ, ਕਿਤੇ ਤਿੰਨ ਬੋਰੀਆਂ ਡੀਏਪੀ ਵੀ ਪਾਈ ਜਾਂਦੀ ਹੈ। ਦੇਖੋ ਮੈਂ ਇਸ ਗੱਲ ਦੀ ਕੰਟਰੋਵਰਸੀ ਚ ਨਹੀਂ ਪੈਣਾ ਚਾਹੁੰਦਾ, ਤੁਸੀਂ ਆਪਦੇ ਏਰੀਆ ਚ ਵੇਖਣਾ, ਤੁਹਾਨੂੰ ਤੁਹਾਡੇ ਖੇਤ ਬਾਰੇ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਖੇਤ ਦਾ ਪਾਣੀ ਕਿੰਨਾ ਨੰਬਰ ਹੈ, ਤੁਹਾਡਾ ਖੇਤ ਕਿੰਨਾ ਕੁ ਤਾਕਤਵਰ ਹੈ, ਤੇ ਮੈਂ ਉੱਥੇ ਕਿਹੜੀ ਮੱਕੀ ਲਾਵਾਂ। ਵੇਖੋ ਮੱਕੀਆਂ ਬਹੁਤ ਸਾਰੀਆਂ ਬਹੁਤ ਵਧੀਆ, ਭਾਵਾਂ ਉਹ 1844 ਹੋਵੇ, ਭਾਵਾਂ ਉਹ 7750 ਹੋਵੇ, ਭਾਵਾਂ ਉਹ 3033 ਹੋਵੇ, ਭਾਵਾਂ ਉਹ 70S75 ਹੋਵੇ, ਭਾਵਾਂ ਉਹ ਸ਼੍ਰੀ ਰਾਮ ਦੀ 88 ਦੀ 86 ਹੋਵੇ,
ਸਾਰੀਆਂ ਮੱਕੀਆਂ ਦੀ ਬੈਸਟ ਹੈ, ਪਰ ਬੈਸਟ ਕਿਹੜੋ ਬਣਦੀ ਹੈ? ਬੈਸਟ ਬਣਦੀ ਤੁਹਾਡੇ ਖੇਤ ਤੇ ਡਿਪੈਂਡ ਕਰਦੀ ਹੈ। ਕਿਸਾਨ ਦੋਸਤੋ, ਸਾਡੇ ਏਰੀਏ ਦੀ ਆਮ ਪ੍ਰੈਕਟਿਸ ਕੀ ਹੈ ਕਿ 2 ਬੋਰੀਆਂ ਡੀਏਪੀ ਮਿਨੀਮਮ ਕੁਆਂਟਿਟੀ ਡੀਏਪੀ ਨਾਲ ਅੱਧਾ ਅੱਧਾ ਗੱਟਾ ਘੱਟੋ ਘੱਟ ਐਮਓਪੀ ਮਤਲਬ ਕਿ ਮਿਊਰੇਟ ਆਫ ਪੋਟਾਸ਼, ਇਹ ਤੁਸੀਂ ਜਿਸ ਟਾਈਮ ਮੱਕੀ ਬੀਜਣੀ ਹੈ ਕਿਸਾਨ ਦੋਸਤੋ ਇਹ ਥੱਲੇ ਪਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਦੂਸਰੀ ਗੱਲ, ਮੱਕੀ ਦੀ ਫਸਲ ਨੂੰ ਹਾਈ ਲੈਵਲ ਪ੍ਰੋਟੀਨ ਵਾਸਤੇ ਇੱਕ ਤਾਂ ਉਹਨੂੰ ਜ਼ਿੰਕ ਤੇ ਦੂਸਰਾ ਉਹਨੂੰ ਕੈਲਸ਼ੀਅਮ ਨਾਈਟ੍ਰੇਟ, ਇਹ ਮੱਕੀ ਦੀ ਫਸਲ ਵਾਸਤੇ ਕਿਸਾਨ ਦੋਸਤੋ ਬਹੁਤ ਜ਼ਰੂਰੀ ਹੈ। ਮੱਕੀ ਦੇ ਵਿੱਚ ਦਾਣੇ ਭਰਨ ਦਾ ਪ੍ਰੋਸੈਸ ਜ਼ਿੰਕ ਤੋਂ ਬਹੁਤ ਜ਼ਿਆਦਾ ਤੁਹਾਡਾ ਖੇਤ ਮੰਗਦਾ। ਕਈ ਦੋਸਤ ਡੀਏਪੀ ਪਾ ਦਿੰਦੇ ਆ, ਯੂਰੀਆ ਪਾ ਦਿੰਦੇ ਆ, ਸਪਰੇਆਂ ਕਰ ਦਿੰਦੇ ਸੁੰਡੀ ਵਾਲੀਆਂ, ਸਪਰੇਆਂ ਕਰ ਦਿੰਦੇ ਤਾਕਤ ਵਾਲੀਆਂ, ਪਰ ਜ਼ਿੰਕ ਕੈਲਸ਼ੀਅਮ ਨਾਈਟ੍ਰੇਟ ਪਾਉਣਾ ਭੁੱਲ ਜਾਂਦੇ ਆ। ਦੇਖੋ ਕਿਸਾਨ ਦੋਸਤੋ, ਉਹਨਾਂ ਕਿਸਾਨ ਦੋਸਤਾਂ ਦੇ ਭਾਵਾਂ ਪਕਾਵੀ ਮੱਕੀ ਹੈ ਤੇ ਭਾਵ ਚਾੜਨੀ ਮੱਕੀ ਹੈ, ਉਹਨਾਂ ਦੇ ਕਿਸਾਨ ਦੋਸਤੋ ਯੀਲਡ ਨੇ ਘਟਣਾ ਹੀ ਘਟਣਾ। ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਜਿਹੜੇ ਮੇਰੇ ਕਿਸਾਨ ਦੋਸਤ ਨੂੰ ਸਮਝ ਨਾ ਲੱਗੀ ਕੋਈ ਗੱਲ, ਤੁਸੀਂ ਮੇਰਾ ਨੰਬਰ ਡਿਸਪਲੇ 'ਚ ਚੱਲ ਰਿਹਾ, ਤੁਸੀਂ ਮੈਨੂੰ ਪਹਿਲਾਂ ਵੀ ਜਾਣਦੇ ਹੋ, ਮੈਨੂੰ ਫੋਨ ਕਰਕੇ ਵੀ ਪੁੱਛ ਸਕਦੇ ਹੋ। ਜੇ ਤੁਹਾਨੂੰ ਨਹੀਂ ਸਮਝ ਲੱਗਿਆ, ਜੇ ਮੈਂ ਬਿਜ਼ੀ ਹਾਂ, ਤੁਸੀਂ ਮੈਨੂੰ ਵਟਸਐਪ ਤੇ ਰਿਪਲਾਈ ਕਰਕੇ ਛੱਡ ਦੇਣਾ, ਮੈਂ ਤੁਹਾਡੀ ਰਾਤ ਨੂੰ ਸੌਣ ਤੋਂ ਪਹਿਲਾਂ ਚੀਜ਼ ਦਾ ਆਨਸਰ ਦਊਂਗਾ। ਜੇ ਕਿਸੇ ਕਿਸਾਨ ਦੋਸਤ ਨੂੰ ਨਹੀਂ ਪਤਾ ਲੱਗਦਾ ਮੇਰੇ ਖੇਤ ਮੈਂ ਮੱਕੀ ਦਾ ਬੀਜ ਰਿਹਾ ਪਰ ਮੈਨੂੰ ਪਤਾ ਨਹੀਂ ਕਿੰਨੀ ਫਾਸਫੋਰਸ ਦੀ ਕਮੀ ਹੈ। ਹੁਣ ਦੇਖੋ ਕਿਸਾਨ ਦੋਸਤੋ, ਹਰ ਬੰਦੇ ਨੇ ਤਾਂ ਨਹੀਂ ਆਪਣੇ ਖੇਤ ਦਾ ਮਿੱਟੀ ਜਾਂ ਪਾਣੀ ਟੈਸਟ ਕਰਾਇਆ ਹੁੰਦਾ। ਪਹਿਲੀ ਗੱਲ, ਆਪਾਂ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਮੇਰੇ ਕਣਕ ਦੇ ਮਤਲਬ ਮੇਰੇ ਖੇਤ ਦੇ ਵਿੱਚ ਫਾਸਫੋਰਸ ਦੀ ਕਿੰਨੀ ਕਮੀ ਹੈ, ਮਤਲਬ ਕਿ ਡੀਏਪੀ ਦੀ ਕਿੰਨੀ ਕਮੀ ਹੈ, ਮੇਰੇ ਖੇਤ ਦੇ ਵਿੱਚ ਨਾਈਟ੍ਰੋਜਨ ਦੀ ਕਿੰਨੀ ਕਮੀ ਹੈ, ਐਨ ਦੀ ਕਿੰਨੀ ਕਮੀ। ਜਿਹੜੇ ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਸੀਗਾ NPK, ਐਨ ਮਤਲਬ ਨਾਈਟ੍ਰੋਜਨ ਮਤਲਬ ਕਿ ਯੂਰੀਆ, ਪੀ ਮਤਲਬ ਫਾਸਫੋਰਸ ਮਤਲਬ ਕਿ ਡੀਏਪੀ, ਕੇ ਮਤਲਬ ਪੋਟਾਸ਼, ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਬੂਟੇ ਨੂੰ ਤੁਹਾਡੇ ਖੇਤ ਨੂੰ ਕਿੰਨੀ ਯੂਰੀਆ ਡੀਏਪੀ ਪੋਟਾਸ਼ ਦੀ ਕਮੀ ਹੈ। ਜਦੋਂ ਤੱਕ ਤੁਹਾਨੂੰ ਇਹੀ ਨਹੀਂ ਪਤਾ ਤੁਸੀਂ ਵੇਸਟੇਜ ਆਫ ਮਨੀ ਕਰ ਰਹੇ ਹੋ। ਦੇਖੋ ਮੈਨੂੰ ਭੁੱਖ ਲੱਗੀ ਹੈ, ਮੈਂ 2 ਰੋਟੀਆਂ ਖਾਣ ਦਾ ਮਨ ਹੈ, ਮੈਂ ਬੋਲ ਕੇ ਦੱਸੂਗਾ ਨਾ ਕਿ ਮੈਂ ਅੱਜ 2 ਹੀ ਖਾਣੀ ਹੈ, ਜੇ ਮੈਨੂੰ ਵੱਧ ਦੀ ਲੋੜ ਹੈ ਮੈਂ ਵੱਧ ਮੰਗ ਲਊਂਗਾ, ਮੈਂ ਅੱਜ 3 ਖਾਣੀ ਹੈ। ਤੇ ਕਿਸਾਨ ਦੋਸਤੋ, ਜਦੋਂ ਤੁਹਾਨੂੰ ਇਹੀ ਨਹੀਂ ਪਤਾ ਕਿ ਮੇਰੇ ਬੂਟੇ ਨੂੰ ਮੇਰੇ ਖੇਤ ਦੇ ਵਿੱਚ ਨਾਈਟ੍ਰੋਜਨ ਫਾਸਫੋਰਸ ਪੋਟਾਸ਼ੀਅਮ ਦੀ ਕਿੰਨੀ ਕਮੀ ਹੈ, ਦੱਸੋ ਇੱਕ ਹਵਾ 'ਚ ਤੀਰ ਮਾਰ ਰਹੇ ਹਾਂ ਆਪਾਂ। ਜਦੋਂ ਆਪਾਂ ਨਾਈਟ੍ਰੋਜਨ ਵੱਧ ਪਾ ਦਾਂਗੇ, ਦੇਖੋ ਤੁਹਾਡੇ ਖੇਤ ਵੀ ਅਕਸਰ ਖਰਾਬ ਵੀ ਹੋਊਗਾ ਜੇ ਵੱਧ ਜਾਊਗਾ ਤਾਂ। ਜਦੋਂ ਵੱਧ ਜਾਊਗਾ ਉਹ ਪੀਐਚ ਲੈਵਲ ਨੂੰ ਅਪ ਕਰੂਗਾ, ਮਤਲਬ ਕਿ ਤੁਹਾਡੇ ਖੇਤ ਦਾ ਤੇਜ਼ਾਬੀਪਣ ਵਧਾਊਗਾ। ਕਿਸਾਨ ਦੋਸਤੋ, ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਹੁਣ ਤੁਹਾਨੂੰ ਪਤਾ ਸਾਇੰਸ ਦਿਨੋ ਦਿਨ ਕਿਸਾਨ ਦੋਸਤੋ ਤਰੱਕੀ ਕਰਦੀ ਜਾ ਰਹੀ ਹੈ, ਹਰ ਚੀਜ਼ ਦਾ ਅਲਾਮੰਦ ਸੌਦਾ ਆ ਰਿਹਾ ਦਿਨੋ ਦਿਨ ਹਰ ਬੰਦਾ ਤਰੱਕੀ ਦੀ ਰਾਹ ਤੇ ਹੈ। ਪਰ ਇਹ ਤਰੱਕੀ ਦੀ ਰਾਹ ਕਦੋਂ ਕੰਪਲੀਟ ਹੁੰਦੀ ਹੈ? ਜਦੋਂ ਮੇਰੇ ਵੀਰ ਕਸਟਮਰਾਂ ਨੂੰ ਆਪਾਂ ਨੂੰ ਪੂਰੀ ਨੌਲੇਜ ਮਿਲਦੀ ਹੈ। ਜਦੋਂ ਤੱਕ ਤੁਹਾਡੇ ਕੋਲ ਨੌਲੇਜ ਹੀ ਪ੍ਰੋਪਰ ਨਹੀਂ, ਤੁਸੀਂ ਉਦੋਂ ਤੱਕ ਕਦੇ ਵੀ ਉਸ ਗੱਲ ਦੀ ਪੂਰਾ ਬੈਨੀਫਿਟ ਨਹੀਂ ਲੈ ਸਕੋਗੇ। ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨ ਦੋਸਤੋ, ਅਨੈਰਾ ਕੰਪਨੀ ਨੇ, ਜਿਹੜਾ ਕਿ ਮੈਂ ਤੁਹਾਨੂੰ ਪਿਛਲੀ ਵਾਰ ਵੀ ਇੱਕ ਵੀਡੀਓ 'ਚ ਦੱਸਿਆ ਸੀ, ਇਜ਼ਰਾਈਲ ਦੀ ਕੰਪਨੀ ਨੇ ਉਹੀ ਮੇਨ ਚੀਜ਼ ਸਟ੍ਰੀਕ ਟੈਕਨੋਲੋਜੀ ਮਤਲਬ ਕਿ ਬਾਹਰਲੀ ਟੈਕਨੋਲੋਜੀ, ਜਿਹੜੀ ਕਿ ਹਜੇ ਤੱਕ ਆਪਣੇ ਇੰਡੀਆ ਲਈ ਸਭ ਤੋਂ ਨਵੀਂ ਟੈਕਨੋਲੋਜੀ ਹੈ। ਸਮਾਂ ਬਦਲਦਾ, ਟਾਈਮ ਬਦਲਦਾ, ਪਹਿਲਾਂ ਕੰਸੋਰਸ਼ੀਆ ਚੱਲਦੇ ਹੁੰਦੇ ਸੀ, ਬਟ ਸਟ੍ਰੀਕ ਟੈਕਨੋਲੋਜੀ ਦੇ ਕੰਸੋਰਸ਼ੀਆ ਅੱਜ ਤੱਕ ਪੂਰੇ ਇੰਡੀਆ 'ਚ ਕਦੇ ਨਹੀਂ ਪਾਏ ਗਏ। ਕਿਸਾਨ ਦੋਸਤੋ, ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਚੀਜ਼ ਕੀ ਹੈ। ਕਿਸਾਨ ਦੋਸਤੋ, ਕੰਸੋਰਸ਼ੀਆ ਚੀਜ਼ ਕੀ ਹੁੰਦੀ ਹੈ? ਇਹ ਕਿਸਾਨ ਦੋਸਤੋ NPK ਹੈ। NPK ਮਤਲਬ ਕਿ ਨਾਈਟ੍ਰੋਜਨ ਫਾਸਫੋਰਸ ਪੋਟਾਸ਼ੀਅਮ। ਤੁਹਾਡੇ ਬੂਟੇ ਆਮ ਜਦੋਂ ਆਪਾਂ ਕਿਸਾਨ ਦੋਸਤੋ ਜਦੋਂ ਖੇਤ ਵਿੱਚ ਆਪਾਂ ਯੂਰੀਆ DAP ਤੇ ਪੋਟਾਸ਼ ਪਾ ਦਿੰਦੇ ਹਾਂ ਨਾ, ਬੂਟਾ ਕਈ ਵਾਰੀ ਉਹ 6 ਫਾਰਮ ਐਲੀਮੈਂਟਸ ਦੇ ਵਿੱਚ ਚਲੀ ਜਾਂਦੀ ਹੈ, ਤੇ ਬੂਟੇ ਨੂੰ ਪ੍ਰੋਪਰ ਐਲੀਮੈਂਟਸ ਦੇ ਤੌਰ ਤੇ ਕਦੇ ਉਹਨੂੰ ਨਾਈਟ੍ਰੋਜਨ ਫਾਸਫੋਰਸ ਪੋਟਾਸ਼ੀਅਮ ਦੀ ਕਮੀ ਪੂਰੀ ਹੀ ਨਹੀਂ ਹੁੰਦੀ। ਕੋਈ ਇਹ ਨਹੀਂ ਕਿਸਾਨ ਦੋਸਤੋ ਇਹ ਮੱਕੀ 'ਚ ਹੀ ਕੰਮ ਕਰਦਾ, ਇਹ ਮੱਕੀ ਤੋਂ ਲੈ ਕੇ, ਮੂੰਗੀ ਤੋਂ ਲੈ ਕੇ, ਝੋਨੇ ਤੋਂ ਲੈ ਕੇ, ਕਣਕ ਤੋਂ ਲੈ ਕੇ, ਕਿਸੇ ਵੀ ਪ੍ਰਕਾਰ ਦੀ ਵੈਜੀਟੇਬਲ ਤੋਂ ਲੈ ਕੇ, ਬਾਗਾਂ ਤੋਂ ਲੈ ਕੇ, ਹਰ ਇੱਕ ਚੀਜ਼ ਤੇ ਇਹਨੀ ਯੂਨੀਵਰਸਿਟੀ PAU ਵੱਲੋਂ ਸਿਫਾਰਿਸ਼ ਹੈ। ਬਕਾਇਦਾ ਕੋਈ ਇਹ ਨਹੀਂ ਅਲੱਗ ਅਲੱਗ ਫਾਰਮਸ ਦੇ ਵਿੱਚ ਮਿਲਦਾ, ਮੈਂ ਤੁਹਾਨੂੰ ਇਹਦੇ ਬਾਰੇ ਵੀ ਜਾਣਕਾਰੀ ਦਊਂਗਾ। ਕਿਸਾਨ ਦੋਸਤੋ, ਪਹਿਲੀ ਗੱਲ ਤਾਂ ਇਹਨੇ ਤੁਹਾਡੇ ਬੂਟੇ ਨੂੰ 6 ਫਾਰਮ ਐਲੀਮੈਂਟਸ ਦੇ ਵਿੱਚ ਨਾਈਟ੍ਰੋਜਨ, ਯੂਰੀਆ, DAP, ਪੋਟਾਸ਼ ਉਨਾ ਹੀ ਪਹੁੰਚਾਉਣਾ ਜਿੰਨਾ ਕਿ ਤੁਹਾਡੇ ਬੂਟੇ ਨੂੰ ਲੋੜ ਹੈ। ਦੂਸਰੀ ਗੱਲ, ਇਹਨੂੰ ਜਦੋਂ ਤੁਹਾਡੇ ਬੂਟਾ ਐਗਜੈਕਟ ਉਨੀ ਅਮਾਉਂਟ ਦੇ ਵਿੱਚ ਜਦੋਂ ਫਾਸਫੋਰਸ ਮਿਲੀ, ਪੋਟਾਸ਼ੀਅਮ ਮਿਲਿਆ, ਤੇ ਤੁਹਾਡੇ ਬੂਟੇ ਦੀ ਗਰੋਥ ਦੂਸਰੇ ਬੂਟਿਆਂ ਨਾਲੋਂ
ਵੱਧ ਹੋਊਗੀ। ਕੋਈ ਇਹ ਨਹੀਂ ਕਿ ਤੁਸੀਂ ਇਹਨੂੰ ਜਿਹੜੇ ਹੁਣ ਕਿਸਾਨ ਦੋਸਤ ਹੁਣ ਮੱਕੀ ਬੀਜਣ ਜਾ ਰਹੇ ਆ, ਤੁਸੀਂ 5 ਕਿੱਲੇ ਬੀਜਣੇ ਤੇ ਤੁਸੀਂ 2 ਚ ਪਾਉਣਾ, ਤੁਸੀਂ 2 ਬੀਜਣੇ ਤੁਸੀਂ 1 ਚ ਪਾਉਣਾ। ਮੈਂ ਕਹਿੰਦਾ ਤੁਸੀਂ ਇਸ ਸਾਲ ਕੱਲਾ ਮੇਰੀ ਗੱਲ ਤੇ ਟਰਸਟ ਕਰਕੇ ਇੱਕ ਵਾਰੀ ਟਰਾਇਲ ਕਰਨਾ, ਸਿਰਫ ਕੀ ਕਹਿੰਦੇ ਟਰਾਇਲ। ਜਦੋਂ ਤੁਹਾਨੂੰ ਟਰਾਇਲ ਚੰਗਾ ਲੱਗਿਆ, ਤੁਸੀਂ ਅਗਲੀ ਵਾਰੀ ਮੈਨੂੰ ਆਪ ਫੋਨ ਮਾਰਨਾ ਕਿ ਸਨੀ ਵੀਰੇ ਇਸ ਗੱਲ ਦੀ ਤਾਂ ਸਾਨੂੰ ਪੂਰੀ ਨੌਲੇਜ ਹੋ ਗਈ ਕਿ ਯੂਰੀਆ ਡੀਏਪੀ ਪੋਟਾਸ਼ ਅਸੀਂ ਖੇਤ ਨੂੰ ਪਾ ਤਾਂ ਦਿੰਦੇ ਹਾਂ ਕਿ ਉਹ ਬੂਟੇ ਨੂੰ ਲੱਗਦੀ ਨਹੀਂ ਸੀ, ਜਦੋਂ ਅਸੀਂ ਅਨਾਇਰਾ ਦਾ ਫਾਇਰੋ ਬੈਕੋ ਪਾਇਆ ਥੱਲੇ ਕਿ ਸਾਡੇ ਬੂਟੇ ਨੂੰ ਪ੍ਰੋਪਰ ਯੂਰੀਆ ਡੀਏਪੀ ਤੇ ਪੋਟਾਸ਼ ਮਿਲੀ ਤੇ ਸਾਡੀ ਦੂਜੀ ਨਾਲੋਂ ਯੀਲਡ ਦੇ ਵਿੱਚ, ਦਾਣਿਆਂ ਦੀ ਮੋਟਾਈ ਦੇ ਵਿੱਚ, ਉਹਦੇ ਕੱਦ ਦੇ ਵਿੱਚ ਪੱਠਾ ਵੱਧ ਗਿਆ। ਜਦੋਂ ਪੱਠਾ ਵਧੂਗਾ ਕਿਸਾਨ ਦੋਸਤੋ, ਕੁਦਰਤੀ ਗੱਲ ਹੈ ਤੁਹਾਡਾ ਝਾੜ ਵੱਧ ਗਿਆ। ਦੂਸਰੀ ਗੱਲ, ਇਹਨੂੰ ਪਾਉਣ ਨਾਲ ਜਦੋਂ ਫਾਸਫੋਰਸ ਬੂਟੇ ਨੂੰ ਪੂਰੀ ਮਿਲਦੀ ਹੈ ਤੇ ਉਸ ਮੱਕੀ ਦੇ ਵਿੱਚ ਡਰਾਈ ਮੈਟਰ ਵੀ ਵੱਧ ਜਾਂਦਾ ਤੇ ਜਿੰਨਾ ਡਰਾਈ ਮੈਟਰ ਆਪਣੇ ਬੂਟਿਆਂ ਨੂੰ, ਮਤਲਬ ਕਿ ਆਪਣੇ ਪਸ਼ੂਆਂ ਨੂੰ ਮਿਲੂਗਾ, ਉਹਨਾਂ ਆਪਣੀ ਮੱਕੀ ਜ਼ਿਆਦਾ ਕਾਮਯਾਬ ਹੋਊਗੀ। ਹੁਣ ਗੱਲ ਆ ਗਈ ਕਿਸਾਨ ਦੋਸਤੋ ਦੂਜੀ, ਨਾਲੋਂ ਯੀਲਡ ਦੇ ਵਿੱਚ, ਦਾਣਿਆਂ ਦੀ ਮੋਟਾਈ ਦੇ ਵਿੱਚ, ਉਹਦੇ ਕੱਦ ਦੇ ਵਿੱਚ ਪੱਠਾ ਵੱਧ ਗਿਆ। ਜਦੋਂ ਪੱਠਾ ਵਧੂਗਾ ਕਿਸਾਨ ਦੋਸਤੋ, ਕੁਦਰਤੀ ਗੱਲ ਹੈ ਤੁਹਾਡਾ ਝਾੜ ਵੱਧ ਗਿਆ। ਦੂਸਰੀ ਗੱਲ, ਇਹਨੂੰ ਪਾਉਣ ਨਾਲ ਜਦੋਂ ਫਾਸਫੋਰਸ ਬੂਟੇ ਨੂੰ ਪੂਰੀ ਮਿਲਦੀ ਹੈ ਤੇ ਉਸ ਮੱਕੀ ਦੇ ਵਿੱਚ ਡਰਾਈ ਮੈਟਰ ਵੀ ਵੱਧ ਜਾਂਦਾ ਤੇ ਜਿੰਨਾ ਡਰਾਈ ਮੈਟਰ ਆਪਣੇ ਬੂਟਿਆਂ ਨੂੰ, ਮਤਲਬ ਕਿ ਆਪਣੇ ਪਸ਼ੂਆਂ ਨੂੰ ਮਿਲੂਗਾ, ਉਹਨਾਂ ਆਪਣੀ ਮੱਕੀ ਜ਼ਿਆਦਾ ਕਾਮਯਾਬ ਹੋਊਗੀ। ਹੁਣ ਗੱਲ ਆ ਗਈ ਕਿਸਾਨ ਦੋਸਤੋ ਦੂਜੀ, ਜਦੋਂ ਤੁਸੀਂ ਇਹਨੂੰ ਬਿਜਾਈ ਦੇ ਸਮੇਂ 70-75 ਕਿਲੋ ਡੀਏਪੀ ਜਾਂ ਜਿਹੜੇ ਏਰੀਏ ਚ 2-2.5 ਬੋਰੀਆਂ ਡੀਏਪੀ ਪੈਂਦੀ ਹੈ, ਡੀਏਪੀ ਦੇ ਨਾਲ ਨਾਲ 25 ਕਿਲੋ ਪੋਟਾਸ਼ ਦੇ ਨਾਲ ਨਾਲ ਇੱਕ ਥੈਲੀ 4 ਕਿਲੋ ਦੀ ਫਾਇਰੋ ਬੈਕੋ ਜੀ ਵੀ ਪਾ ਦੇਣੀ ਆ। ਤੇ ਕਿਸਾਨ ਦੋਸਤੋ ਮੇਰੀ ਗੱਲ ਤੇ ਤਬਾੜ ਕਰਕੇ ਕਿੰਨਾ ਛੱਡਣਾ ਹੈ ਕਿ ਇਹ ਨੀ ਤੁਸੀਂ ਸਾਰੇ ਚ ਪਾਉਣੀ ਹੈ, ਤੁਸੀਂ ਭਾਵਾਂ 1 ਚ ਪਾਓ ਤੇ ਭਾਵਾਂ ਸਾਰੇ ਚ ਪਾਓ, ਪਰ ਥੋੜਾ ਏਰੀਆ ਤੁਸੀਂ ਛੱਡਣਾ। ਜਦੋਂ ਤੁਸੀਂ ਛੱਡੋਗੇ ਮੱਕੀ ਦੀ ਗਰੋਥ ਦੂਸਰੀ ਮੱਕੀ ਨਾਲੋਂ, ਮੈਂ ਕਹਿੰਦਾ ਇੱਕ ਤਾਂ ਨਾ ਅਖੀਰ ਤੇ ਜਾ ਕੇ ਆਪਾਂ ਨੂੰ ਸਮਝ ਲੱਗੀ, ਮੈਂ ਕਹਿੰਦਾ ਤੁਹਾਨੂੰ 30 ਦਿਨਾਂ ਦੇ ਵਿੱਚ ਪਹਿਲਾਂ ਜਦੋਂ ਤੁਸੀਂ ਉਹਨੂੰ ਪਾਣੀ ਵਗੈਰਾ ਲਗਾਓਗੇ ਉਸੇ ਟਾਈਮ ਤੁਹਾਨੂੰ ਪਤਾ ਲੱਗ ਜਾਣਾ ਘੱਟੋ ਘੱਟ 1-1 ਗਿੱਠ ਜਿੱਥੇ ਇਹ ਫਾਇਰੋ ਬੈਕੋ ਪਿਆ ਹੋਇਆ ਉੱਥੇ ਵਧਣਾ ਹੀ ਵਧਣਾ। ਕਿਉਂ? ਤੂੰ ਬੂਟਾ ਚੱਲਦੇ ਸਾਰ ਜਿੰਨੀ ਬੂਟੇ ਨੂੰ ਗਰੋਥ ਦੀ ਲੋੜ ਹੈ, ਜਿੰਨੀ ਉਹਨੂੰ ਐਕਸਟਰਾ ਫਾਸਫੋਰਸ ਦੀ ਲੋੜ ਹੈ, ਜਿਹੜੀ ਕਿ 6 ਫਾਰਮ ਐਲੀਮੈਂਟਸ ਦੇ ਵਿੱਚ ਪਈ ਹੈ, ਕਿਸਾਨ ਦੋਸਤੋ ਬੂਟੇ ਨੇ ਓਨੀ ਲੈਣੀ ਹੈ। ਜਦੋਂ ਬੂਟੇ ਨੇ ਓਨੀ ਲਿੱਤੀ, ਤੁਹਾਡਾ ਬੂਟਾ ਦੂਜੇ ਨੂੰ ਵੱਧ ਗਰੋਥ ਕਰੂ, ਜਦੋਂ ਗਰੋਥ ਵੱਧ ਹੋਈ ਕੁਦਰਤੀ ਗੱਲ ਉਹਦਾ ਪੱਤਾ ਚੌੜਾ ਹੋਊਗਾ, ਜਦੋਂ ਪੱਤਾ ਚੌੜਾ ਹੋਊਗਾ ਉਹ ਪ੍ਰੋਟੀਨ ਜ਼ਿਆਦਾ ਰਹੇਗਾ ਕਿਉਂਕਿ ਉਹਦੇ ਫੋਟੋਸਿੰਥੇਸਿਸ ਦਾ ਪ੍ਰੋਸੈਸ ਜ਼ਿਆਦਾ ਕੰਮ ਕਰ ਰਿਹਾ ਹੋਊ। ਇਹੀ ਗੱਲ ਹੈ ਕਿਸਾਨ ਦੋਸਤੋ। ਬਾਕੀ ਜੇ ਤੁਹਾਨੂੰ ਕਿਸੇ ਵੀ ਗੱਲ ਦੀ ਸਮਝ ਨਹੀਂ ਲੱਗੀ, ਤੁਸੀਂ ਮੇਰਾ ਨੰਬਰ ਡਿਸਪਲੇ ਚੱਲ ਰਿਹਾ 84-3-70-00-547, ਆਪਣਾ ਨੰਬਰ ਹੈ, ਤੁਸੀਂ ਮੈਨੂੰ ਜਦੋਂ ਮਰਜ਼ੀ ਕਾਲ ਕਰਕੇ ਪੁੱਛ ਸਕਦੇ ਹੋ। ਤੇ ਦੂਸਰੀ ਗੱਲ ਆ ਗਈ ਸੀ ਹੁਣ ਜਿਹੜੇ ਆਪਣੇ ਘਰਾਂ 'ਚ ਬੂਟੇ ਲੱਗੇ ਆ, ਕਿਸਾਨ ਦੋਸਤੋ ਜਿਹੜੇ ਹੁਣ ਇਸ ਟਾਈਮ ਬੇਸਿਕਲੀ ਘਰਾਂ 'ਚ ਬੂਟੇ ਲੱਗੇ ਆ, ਤੁਸੀਂ ਉਹਨਾਂ ਨੂੰ ਕੀ ਕਰਨਾ? ਹੁਣ ਤੁਹਾਨੂੰ ਪਤਾ ਕਿ ਮੌਸਮ ਹੁਣ ਪੱਤੇ ਝੜ ਜਾਣਗੇ, ਨਵੀਂ ਫਰੂਟ ਆਉਣ ਦੀ ਤਿਆਰੀ 'ਚ ਹੈ, ਤੁਸੀਂ 1-1 ਬੂਟੇ ਨੂੰ 800 ਗ੍ਰਾਮ ਡੀਏਪੀ, 400 ਗ੍ਰਾਮ ਪੋਟਾਸ਼ ਨਾਲ ਇੱਕ ਬੂਟੇ ਨੂੰ 100 ਗ੍ਰਾਮ ਪ੍ਰਤੀ ਜ਼ਿੰਕ, ਠੀਕ ਹੈ ਨੀ, 1-1 ਬੂਟੇ ਨੂੰ ਪਰ ਡੀਏਪੀ ਤੋਂ ਵਾਕਫਾ ਰੱਖਿਓ। ਡੀਏਪੀ ਪੋਟਾਸ਼ ਨੂੰ ਕੱਲੀ ਪਾ ਲੈਣਾ, ਉਸ ਤੋਂ ਬਾਅਦ ਕੋਈ ਹਫ਼ਤੇ ਕੁ ਬਾਅਦ ਫਾਇਰੋਬੈਕ ਜੀ 200 ਗ੍ਰਾਮ ਤੋਂ ਲੈ ਕੇ 400 ਗ੍ਰਾਮ ਪ੍ਰਤੀ ਬੂਟੇ ਨੂੰ ਤੁਸੀਂ ਪਾ ਦੇਣਾ। ਜਿੰਨੀ ਡੀਏਪੀ ਤੁਸੀਂ ਥੱਲੇ ਪਾਈ ਹੋਊਗੀ, ਜਿੰਨੀ ਤੁਸੀਂ ਆਪਣੀ ਯੂਰੀਆ ਥੱਲੇ ਪਾਓਗੇ ਗ੍ਰਾਮਾਂ ਦੇ ਹਿਸਾਬ ਨਾਲ, ਤੇ ਜਿੰਨੀ ਤੁਸੀਂ ਉਹਨੂੰ ਪੋਟਾਸ਼ ਪਾਓਗੇ, ਫਾਇਰੋਬੈਕ ਜੀ ਨੇ ਉਹਨੂੰ ਸਾਰੇ ਫਰੂਟਿੰਗ ਸਟੇਜ ਤੇ ਲਗਾ ਦੇਣੇ ਆ। ਕਿਉਂ? ਹੁਣ ਨਵਾਂ ਫਰੂਟ ਆਉਣ ਦੀ ਤਿਆਰੀ 'ਚ ਹੈ, ਹੁਣ ਕਿੰਨੂ ਵਗੈਰਾ ਬਾਗ ਵਗੈਰਾ ਸਾਰੀ ਤੁੜਾਈ ਹੋ ਰਹੀ ਹੈ, ਤੇ ਇਸ ਤੋਂ ਬਾਅਦ ਪਾਣੀ ਲਾ ਕੇ ਉਹਨਾਂ ਨੂੰ ਨਵੀਂ ਡੀਏਪੀ ਖਾਦਾ ਪੈ ਰਹੀ ਹੈ, ਸਲਫਰ ਪੈ ਰਿਹਾ, ਸੁਪਰ ਪੈ ਰਹੀ ਹੈ, ਉਹਦੇ ਨਾਲ ਤੁਸੀਂ ਇੱਕ ਬੂਟੇ ਨੂੰ, ਜੇ ਮੇਰਾ ਕੋਈ ਕਿਸਾਨ ਬਾਗਬਾਨੀ ਵਾਲਾ ਵੇਖ ਰਿਹਾ ਤੇ ਇੱਕ ਬੂਟੇ ਨੂੰ ਕਿਸਾਨ ਦੋਸਤੋ 400 ਗ੍ਰਾਮ ਤੁਸੀਂ ਇੱਕ ਬੂਟੇ ਨੂੰ ਪਾ ਦੇਣੀ ਹੈ, ਤੇ ਉਹ ਬੂਟੇ ਦਾ ਤੁਸੀਂ ਧਿਆਨ ਰੱਖਣਾ, ਉਹ ਬੂਟੇ ਦਾ ਫਰੂਟ ਤੇ ਦੂਸਰੇ ਬੂਟੇ ਦਾ ਫਰੂਟ, ਕਿਸਾਨ ਦੋਸਤੋ ਜ਼ਮੀਨ ਅਸਮਾਨ ਦਾ ਫਰਕ ਹੋਊਗਾ। ਪਰ ਮੇਰੀ ਗੱਲ ਨੂੰ ਤੁਸੀਂ ਇਕੱਲਾ ਇੱਥੇ ਛੱਡਣਾ ਨਹੀਂ, ਹਰੇਕ ਮੇਰੇ ਵੀਰ ਨੇ ਘਰੇ ਹੁਣ ਸਬਜ਼ੀ ਲਗਾਉਣੀ ਹੈ, ਜਦੋਂ ਸਬਜ਼ੀ ਲਾਊਗਾ ਰੂੜੀ ਖਾਦ ਪਾਉਂਗੇ, ਰੂੜੀ ਖਾਦ ਦੇ ਵਿੱਚ ਵੀ ਇਹਨੂੰ ਮਿਕਸ ਕਰਕੇ ਕਿਸਾਨ ਦੋਸਤੋ ਤੁਸੀਂ ਥੱਲੇ ਛਿੱਟਾ ਦੇ ਸਕਦੇ ਹੋ। ਕਿਉਂ? ਜਦੋਂ ਰੂੜੀ ਖਾਦ ਦੇ ਵਿੱਚ ਤੁਸੀਂ ਇਹਨੂੰ ਮਿਕਸ ਕਰਕੇ ਛਿੱਟਾ ਦੇਵੋਗੇ, ਇਹਨੇ ਆਪਦੇ ਆਪ ਨੂੰ ਮਲਟੀਪਲਾਈ ਕਰ ਲੈਣਾ, ਮਲਟੀਪਲਾਈ ਕਰ ਲੈਣਾ। ਜਦੋਂ ਮਲਟੀਪਲੀਕੇਸ਼ਨ ਇਹਦੀ ਹੋਗੀ ਤੇ ਇਹ ਬੂਟਿਆਂ ਨੂੰ ਮੇਨ ਮੋਬਿਲਾਈਜ਼ਿੰਗ ਤੇ ਸੋਬਿਲਾਈਜ਼ਿੰਗ ਫਾਰਮ ਦੇ ਵਿੱਚ, ਬੈਕਟੀਰੀਆ ਫਾਰਮ ਦੇ ਵਿੱਚ ਲੱਗਣਾ। ਜਦੋਂ ਇਹ ਬੂਟਿਆਂ ਨੂੰ ਬੈਕਟੀਰੀਆ ਫਾਰਮ ਚ ਲੱਗਿਆ, ਇਹਨੇ ਦੁੱਗਣੀ ਤੇਜ਼ੀ ਨਾਲ ਆਪਦਾ ਅਸਰ ਦਿਖਾਉਣਾ।
बाकी किसान दोस्तों जिवें तुसीं अपनी पिछली वीडियो नूं फेसबुक ते यूट्यूब ते टप के शेयर किया सी किसान दोस्तों अपने किसान दोस्तों लई अपनी जमीना दा पीएच लैवल घटाउण लई अपने जिन्नी खुराक पा रहे बूटे नूं प्रोपर लगन लई किसान दोस्तों तुसीं अपनी इस वीडियो नूं भी दब के शेयर करना क्यों क्योंकि थोड़ी एक शेयर नाल मैनूं किसान दोस्तों उस तों दुगना उत्साह हुंदा है कि मैं अगली वीडियो भी मैं आपके दोस्तों लई बनावां जिहड़ा कि मेरे किसी किसान वीर दा मेरे कस्टमर दा मेरे भरावां दा फायदा करे। किसान दोस्तों मैं एक वीडियो होर लैके आ रहा मूंगिया ते जिवें कई एरिया दे विच ऐतकी मूंगिया दी अपने पंजाब दे विच पूरी बंपर डिमांड है अपने कोले तकरीबन 10 तों 15 मूंगिया रही भावें 446 स्टार दी भावें ओह श्री राम दी विजेता भावें ओह बंसी गोल्ड भावें ओह श्री राम दी राजा भावें ओह मधुसूदन दी भावें ओह 421 भावें ओह 668 भावें ओह 1827। किसान दोस्तों ਇਹ ਵੀਡੀਓ ਵੀ ਬੜੀ ਲੰਬੀ ਹੋਊਗੀ ਕਿ ਮੈਂ ਤੁਹਾਨੂੰ ਇੱਕ ਇੱਕ ਵੈਰਾਈਟੀ ਦੇ ਬਾਰੇ ਪੂਰੀ ਪ੍ਰੋਪਰ ਜਾਣਕਾਰੀ ਦਊਂਗਾ ਕਿ ਜੇ ਰਾਜਾ ਵੈਰਾਈਟੀ ਹੈ ਤੇ ਉਹਦੇ 100 ਦਾਣਿਆਂ ਦਾ ਕਿੰਨੇ ਗ੍ਰਾਮ ਵਜਨ ਹੁੰਦਾ ਕੋਈ ਕਿਸਾਨ ਦੋਸਤੋ ਤੁਹਾਨੂੰ ਦੱਸੂਗਾ ਨਹੀਂ। ਜੇ 444 ਸਟਾਰ ਦੀ ਵੈਰਾਈਟੀ ਹੈ ਉਹਦੇ 100 ਦਾਣਿਆਂ ਦਾ ਕਿੰਨਾ ਵਜਨ ਹੋਊਗਾ। ਕਿਸਾਨ ਦੋਸਤੋ ਮੇਰੇ ਆਪਦੇ ਟ੍ਰਾਇਲ ਜਿਹੜੇ ਮੈਂ ਪਿਛਲੇ ਸਮਿਆਂ ਚ ਕੀਤੇ ਹੈ ਤੁਹਾਨੂੰ ਉਹਨਾਂ ਲਈ ਇੱਕ ਪੂਰੀ ਪ੍ਰੋਪਰ ਜਾਣਕਾਰੀ ਵਾਲੀ ਵੀਡੀਓ ਲੈ ਕੇ ਆ ਰਹੇ ਹਾਂ। 2-4 ਦਿਨਾਂ ਚ ਆਪਾਂ ਨਵੀਂ ਵੀਡੀਓ ਨਾਲ ਮਿਲਦੇ ਹਾਂ ਪਰ ਉਸ ਤੋਂ ਪਹਿਲਾਂ ਕਿਸਾਨ ਦੋਸਤੋ ਘਰਾਂ ਦੇ ਬੂਟਿਆਂ ਲਈ ਮੱਕੀਆਂ ਲਈ ਜਾਂ ਕਿਸੇ ਵੀ ਫਸਲ ਲਈ ਜਿਹਨੂੰ ਕਿ ਆਪਾਂ ਯੂਰੀਆ DAP ਘਟਾਈਏ ਉਹਦੀ ਥਾਂ ਤੇ ਜਿੰਨਾ ਆਪਣੇ ਖੇਤ ਦੇ ਵਿੱਚ ਯੂਰੀਆ DAP 6 ਐਲੀਮੈਂਟ ਫਾਰਮਸ ਦੇ ਵਿੱਚ ਪਿਆ ਉਹਨੂੰ ਬੂਟੇ ਨੂੰ ਕਿਵੇਂ ਲਾਈਏ ਉਹਦੇ ਲਈ ਕਿਸਾਨ ਦੋਸਤੋ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਹੈ। ਤੇ ਮੈਂ ਜਾਂਦੇ ਜਾਂਦੇ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਮੈਂ ਤੁਹਾਡਾ ਆਪਣਾ ਦੋਸਤ ਸਨੀ ਕੋਟਕਪੂਰਾ ਸ਼੍ਰੀ ਬਾਲਾ ਜੀ ਇੰਟਰਪ੍ਰਾਈਜ਼ ਦੁਕਾਨ ਨੰਬਰ 4 ਪੁਰਾਣੀ ਦਾਣਾ ਮੰਡੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ। ਕਿਸਾਨ ਦੋਸਤ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ ਤੇ ਜਾਂਦੇ ਜਾਂਦੇ ਕਿਸਾਨ ਦੋਸਤੋ ਇੱਕੋ ਹੀ ਗੱਲ ਜੇਕਰ ਮੇਰੇ ਵੀਰ ਫੇਸਬੁੱਕ ਤੇ ਵੇਖ ਰਿਹਾ ਤੇ ਮੇਰੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਜੇਕਰ ਯੂਟਿਊਬ ਤੇ ਵੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਦੋਸਤੋ ਭਾਵੇਂ ਫੇਸਬੁੱਕ ਹੈ ਤੇ ਭਾਵੇਂ ਯੂਟਿਊਬ ਲਾਈਕ ਵਾਲਾ ਬਟਨ ਤੇ ਸ਼ੇਅਰ ਵਾਲਾ ਬਟਨ ਤੇ ਅੱਜ ਤੁਸੀਂ ਭੁੱਲਣਾ ਹੀ ਨਹੀਂ ਨਾ ਮੇਰੇ ਕਹਿਣ ਤੇ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ। ਮੇਰੇ ਸਾਰੇ ਕਿਸਾਨ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਥੈਂਕ ਯੂ।